ਪ੍ਰਧਾਨ ਸਾਹਿਬ ਹਾਂਜੀ ਚੱਲੀਏ ਜੇ ਸ਼ਕੀਨੀਆਂ ਲੋਟ ਆ ਗਈਆਂ ਹੁਣ ਸ਼ਕੀਨੀਆਂ ਤੁਹਾਨੂੰ ਪਤਾ ਮੈਂ ਲਾਉਂਦੀ ਇੰਨੀਆਂ ਮਸਾਂ ਤਾਂ ਮੈਂ ਅੱਜ ਮਿੱਡੀ 'ਚ ਕੀਤੀ ਆ ਪਤਾ ਨਹੀਂ ਕਿੰਨੇ ਟਾਈਮ ਬਾਅਦ ਉਹ ਸੋਹਣੀ ਲੱਗਦੀ ਹੈ ਤੇਰੇ ਯਾਰ ਮਿੱਟੀ ਕਰੀ ਹੋਈ ਹੈ ਨਾ ਤੂੰ ਰੋਜ਼ ਕਰ ਲਿਆ ਕਰ ਸੋਹਣੀ ਲੱਗਦੀ ਆ ਪਰ ਮੈਥੋਂ ਹੋਈ ਨਹੀਂ ਚੱਜ ਨਾਲ ਲੈ ਤੂੰ ਮੈਨੂੰ ਦੱਸ ਦਿੰਦੀ ਮਾਇਆ ਇੰਜ ਕਰ ਦਿੰਦਾ ਤੁਸੀਂ ਤਿਆਰ ਹੋ ਹਾਂ ਮੈਂ ਤਾਂ ਤਿਆਰ ਪ੍ਰੀਤ ਤੇਰੀ ਛਾਂਪ ਕਿੱਥੇ ਜਿਹੜੀ ਮੈਂ ਤੈਨੂੰ ਦੇਖਿਆ ਸੀ ਉਹ ਛਾਂਪ ਹਾਂ ਓਫੋ ਉਹ ਤਾਂ ਭਾਬੀ ਕੋਲ ਹੀ ਭੁੱਲ ਗਈ ਮੈਂ ਭਾਬੀ ਨੇ ਮੈਨੂੰ ਕਿਹਾ ਸੀ ਵੀ ਜਾਣ ਵੇਲੇ ਲੈ ਜੀ ਤੇ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਰਿਹਾ ਤੂੰ ਬਹੁਤ ਭੋਲੀ ਹੈ ਹਨਾ ਤੂੰ ਝੂਠ ਬੋਲਦੀ ਤਾਂ ਹੈਗੀ ਆ ਪਰ ਤੇਰਾ ਮੂੰਹ ਸੱਚ ਬੋਲ ਪੈਂਦਾ ਭਾਬੀ ਕੋਲੇ ਭੁੱਲੇ ਕਿ ਭਾਬੀ ਨੇ ਰੱਖ ਲਈ ਕੋਈ ਨਾ ਭਾਬੀ ਕੋਲੇ ਭੁੱਲੇ ਜਾਂ ਭਾਬੀ ਨੇ ਰੱਖ ਲਈ ਇੱਕੋ ਗੱਲ ਹੀ ਆ ਫਿਰ ਕੀ ਆ ਭਾਬੀ ਹੈ ਮੇਰੀ ਗੱਲ ਉਹ ਨਹੀਂ ਪ੍ਰੀਤ ਤੂੰ ਆਪਦੇ ਮਨ ਨਾਲ ਦਿੰਦੀ ਤਾਂ ਵੱਖ ਗੱਲ ਸੀ ਮੈਨੂੰ ਇਹ ਦੱਸੋ ਲਾਈਟ ਕਦੋਂ ਆਊਗੀ ਉਹ ਲਾਈਟ ਤਾਂ ਅੱਜ ਉਹਨਾਂ ਨਾਲ ਕਰੀ ਹੈ ਗੱਲ ਗਰੈਡ ਵਾਲੇ ਨਾਲ ਉਹ ਕਹਿੰਦੇ ਤਾਰ ਉਹ ਹੋ ਰਹੀ ਹੈ ਹੋਰ ਹੁਣ ਤਾਂ ਸੱਚੀ ਮੈਨੂੰ ਨਾ ਏਸੀ 'ਚ ਰਹਿਣ ਦੀ ਆਦਤ ਪੈ ਗਈ ਮੇਰੀ ਗੱਲ ਨਾ ਟਾਲ ਜਿਹੜੀ ਗੱਲ ਮੈਂ ਤੈਨੂੰ ਕਹਿਣਾ ਬਾਬਾ ਗੁਰੂ ਜੀ ਮੈਂ ਭਾਬੀ ਤੋਂ ਛਾਂਪ ਲੈ ਆਊਂਗੀ ਗੱਲ ਲੈਣ ਦੀ ਨਹੀਂ ਹੈਗੀ ਤੂੰ ਆਪ ਦੇ ਦਿੰਦੀ ਮੈਨੂੰ ਕੋਈ ਚੱਕਰ ਨਹੀਂ ਸੀ ਪਰ ਯਾਰ ਜਿਵੇਂ ਉਹ ਕਰਦੀ ਹੈ ਸੱਚੀ ਮੈਨੂੰ ਚੰਗਾ ਨਹੀਂ ਲੱਗਦਾ ਚਲੋ ਕੋਈ ਨਾ ਹੁਣ ਕਦੇ ਕਦੇ ਤਾਂ ਮੈਂ ਉੱਥੇ ਜਾਣਾ ਮੈਂ ਕਿਹੜਾ ਹੁਣ ਉੱਥੇ ਰਹਿਣਾ ਤੈਨੂੰ ਰਹਿਣ ਦਿੰਦਾ ਵੀ ਨਹੀਂ ਮੈਂ ਤੈਨੂੰ ਪਤਾ ਜਦ ਤੂੰ ਵਗ ਜਾਏਂਗੀ ਆ ਘਰ ਸੈਂ 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 ਕਰੂਗਾ ਆਹੋ ਦੋ ਦਿਨਾਂ 'ਚ ਸੈਂ ਸੈਂ ਵੀ ਲੱਗੇ ਕਰਨ ਹਨਾ ਹਾਂ ਮੇਰਾ ਕਿਹੜਾ ਜੀ ਲੱਗੂਗਾ ਬਾਂਦਰੀ ਜੀ ਚੱਲੀਏ ਹਾਂ ਚਲੋ ਚੱਲੀਏ ਜੇ ਕੁਛ ਹੋਰ ਰਹਿ ਗਿਆ ਹੋਵੇ ਤਾਂ ਕਰ ਲਓ ਵੀ ਪੂਰਾ ਮੈਂ ਐਂ ਕਹਿੰਦੀ ਸੀ ਮੰਮੀ ਨੇ ਰੋਟੀ ਨਹੀਂ ਖਾਧੀ ਮੰਮੀ ਨੂੰ ਪੁੱਛ ਲੈਂਦੀ ਮੰਮੀ ਦੀ ਰੋਟੀ ਬਣਾਈ ਜਾਂਦੀ ਮੈਂ ਉਹ ਕੋਈ ਨਹੀਂ ਮੈਂ ਮੰਮੀ ਨੂੰ ਕਹਿ ਤਾਂ ਖਾ ਲੂੰਗੀ ਰੋਟੀ ਟੈਨਸ਼ਨ ਨਾ ਲੈ ਤੂੰ ਇੰਨੀ ਫਿਕਰ ਨਾ ਕਰਿਆ ਕਰ ਤੂੰ ਲਾ ਲੈ ਸੁਰਖੀ ਪਾਊਡਰ ਜੇ ਹੋਰ ਰਹਿ ਗਿਆ ਹੋਵੇ ਚੰਗਾ ਮੈਂ ਸਾਰਾ ਕੁਛ ਲਾ ਲਿਆ ਆ ਚੱਲੀਏ ਚਲੋ ਤੁਸੀਂ ਗੱਡੀ ਕੱਢੋ ਮੈਂ ਆ ਗਈ ਹੋਰ ਬਾਈ ਮੰਮੀ ਹੋਰੀ ਤੁਹਾਡੇ ਠੀਕ ਸੀ ਹੈ ਹਾਂਜੀ ਬਾਈ ਵਧੀਆ ਸੀ ਸਾਰੇ ਤੁਸੀਂ ਦੱਸੋ ਤੁਹਾਨੂੰ ਤੁਹਾਡੀ ਸਿਹਤ ਕਿਵੇਂ ਰਹਿੰਦੀ ਹੈ ਠੀਕ ਹੈ ਬਸ ਵਧੀਆ ਬਹੁਤ ਦਿਨਾਂ ਬਾਅਦ ਗੇੜਾ ਮਾਰਿਆ ਹੈ ਵਿਆਹ ਕਰਾ ਕੇ ਤਾਂ ਭੁੱਲ ਹੀ ਗਏ ਨਾ ਬਾਈ ਬਸ ਉਧਰੋਂ ਦਫ਼ਤਰ ਦੇ ਕੰਮਾਂ 'ਚ ਨਹੀਂ ਟਾਈਮ ਮਿਲਦਾ ਅੱਛਾ ਹਾਂ ਸੱਚ ਹਨਾ ਚੱਲ ਕੰਮ ਤਾਂ ਜ਼ਰੂਰੀ ਹੈ ਬਾਈ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਹੈ ਪ੍ਰੀਤ ਤੈਂ ਜੀ ਲਾ ਰੱਖਿਆ ਹਾਂ ਭਾਬੀ ਜੀ ਤਾਂ ਲੱਗ ਗਿਆ ਮੇਰਾ ਮੰਮੀ ਦਾ ਸੁਭਾਅ ਹੀ ਬਹੁਤ ਵਧੀਆ ਚੱਲ ਵਧੀਆ ਹੈ ਤੂੰ ਵਧੀਆ ਹੈ ਤਾਂ ਕਰਕੇ ਸਾਰਿਆਂ ਦਾ ਸੁਭਾਅ ਵਧੀਆ ਹੈ ਜਦੋਂ ਬੱਚਾ ਆਪ ਹੀ ਨਾ ਵਧੀਆ ਹੋਵੇ ਹਨਾ ਵੀ ਹੁਣ ਜੀ ਤਾਂ ਲਾਉਣੀ ਪਊਗਾ ਇਹਨੂੰ ਉੱਥੇ ਹਾਂ ਵੀ ਹਾਂ ਜੀ ਤਾਂ ਇਹਨਾਂ ਦਾ ਉਰੇ ਵੀ ਲੱਗ ਗਿਆ ਹੁਣ ਤਾਂ 4-5 ਦਿਨ ਲਾ ਕੇ ਜਾਣਗੇ ਨਾ ਨਾ ਬਈ ਹੋਰ ਹੁਣ ਯਾਰ ਉਹਨਾਂ ਨਾਲ ਫਿਰ ਘਰੇ ਹੁਣ ਮੰਮੀ ਇਕੱਲੀ ਹੁੰਦੀ ਆ ਉਹ ਵੀ ਕਹਿੰਦੀ ਆ ਮੇਰਾ ਜੀਣ ਲੱਗਦਾ ਜਿੱਦਣ ਦੀ ਪ੍ਰੀਤ ਆ ਰਹੀ ਹੈ ਹੋਰ ਮੰਮੀ ਨੂੰ ਇਕੱਲੀ ਨੂੰ ਵੀ ਨਹੀਂ ਛੱਡ ਸਕਦੇ ਨਾ ਫਿਰ ਮੇਰਾ ਦਫ਼ਤਰ ਕਰਕੇ ਔਖਾ ਜਾ ਕੱਲੋਂ ਤਾਂ ਛੁੱਟੀ ਹੈ ਤੈਨੂੰ ਨਾ ਕੁਛ ਇਹਨੇ ਮੈਡਮ ਨੇ ਜਾਣ ਸਰ ਕੰਮ ਸਾਹਮਲੇ ਹੋਣੇ ਹਾਂ ਕੰਮਾਂ ਨੂੰ ਤਾਂ ਬਾਲੀ ਨੇਰੀ ਹੈ ਇਹ ਕੰਮਾਂ ਨੂੰ ਤਾਂ ਨੇਰੀ ਆ ਬਈ ਛਾਂਪ ਪ੍ਰੀਤ ਉਹੀ ਨਹੀਂ ਹੈਗੀ ਜਿਹੜੀ ਮੈਂ ਤੈਨੂੰ ਦੇ ਕੇ ਗਿਆ ਸੀ ਉਹੀ ਹੈ ਉਹੀ ਹੈ ਲੈ ਫੜ ਪ੍ਰੀਤ ਇਹ ਤਾਂ ਦੇਖੀ ਹੁਣ ਮੋੜ ਦੂਗੀ ਇਹ ਤਾਂ ਪਿਛਲੀ ਵਾਰ ਵੀ ਮੋੜ ਗਈ ਕਹਿੰਦੀ ਭਾਬੀ ਤੇਰੀ ਉਂਗਲ 'ਚ ਪਾਈ ਸੋਹਣੀ ਲੱਗਦੀ ਹੈ ਚੱਲ ਇਹਦੀ ਮਰਜ਼ੀ ਵਾਲਾ ਹੁਣ ਲੈ ਲੂਗੀ ਜੇ ਨਹੀਂ ਨਹੀਂ ਭਾਬੀ ਤੁਸੀਂ ਰੱਖੋ ਰੱਖ ਲੈ ਪ੍ਰੀਤ ਨਹੀਂ ਰੱਖਦੀ ਜਦੋਂ ਸਿਆਣੀ ਹੈ ਕੁੜੀ ਹੈ ਤਾਂ ਉਹਨੂੰ ਪਤਾ ਹੀ ਹੈ ਹੁਣ ਵੀਰੇ ਭਾਬੀ ਦੀ ਸੋਹਣੀ ਲੱਗਦੀ ਹੈ ਇਹਨੂੰ ਮੈਂ ਹੋਰ ਚੀਜ਼ ਦੇਤੀ ਤੀ ਇਹਦੇ ਬਦਲੇ ਨਾਲ ਇਹ ਮੇਰੇ ਰਾਣੀ ਹਾਰ ਨਾਲ ਮਿਲਦੀ ਹੈ ਜਮੀ ਤਾਂ ਕਰਕੇ ਇਹ ਕਹਿੰਦੀ ਚੱਲ ਭਾਬੀ ਤੂੰ ਹੀ ਪਾ ਲਿਆ ਕਰ ਅੱਛਾ ਇਹਨੂੰ ਮੈਂ ਉਹੀ ਝਾਂਜਰਾਂ ਕਰਾਤੀਆਂ ਸੀ ਥੋੜੀਆਂ ਭਾਰੀਆਂ ਕਰਾਤੀਆਂ ਸੀ ਚਲੋ ਕੋਈ ਨਾ ਬਈ ਜੇ ਸੋਡੇ ਰਾਣੀ ਹਾਰ ਨਾਲ ਮਿਲਦੀ ਹੈ ਫਿਰ ਇਦੋਂ ਵਧੀਆ ਕੀ ਗੱਲ ਹੈ ਉਹਦੇ ਨਾਲ ਮਿਲਣੀ ਚਾਹੀਦੀ ਹੈ ਉਹ ਲੈ ਜਾ ਜੇ ਰਾਣੀ ਹੈ ਦੇਖ ਲੈ ਉਹ ਫੜਦੀ ਤਾਂ ਹੈ ਨਹੀਂ ਇਹ ਚਲ ਕੋਈ ਨਾ ਬਈ ਪ੍ਰੀਤ ਚੱਲੀਏ ਆਪਾਂ ਲੇਟ ਹੋ ਜੰਨੇ ਆ ਹਾਂਜੀ ਚਲੋ ਉਹ ਬਾਈ ਹੱਥ ਨੇ ਜੇ ਵਗ ਜਿਓ ਯਾਰ ਨਾ ਅਸਲ ਤਾਂ ਅੱਜ ਰਹੋ ਯਾਰ
ਨਾ ਬਾਈ ਹੁਣ ਘਰੇ ਨੀ ਸਰਦਾ ਜਮੀ ਵੀ ਸੱਚੀ ਹੋਰ ਫਿਰ ਘਰੇ ਤਾਂ ਸਰਦਾ ਨੀ ਜੇਗਾ ਔਖਾ ਹੋ ਜਾਂਦਾ ਨਾ ਜੇ ਘਰੇ ਨਾ ਸਰੇ ਵੀ ਪੰਗਾ ਹੀ ਹੈ ਹਨਾ ਕਿ ਸੁਨੇਹਾ ਵਗ ਜੇ ਕੁਝ ਨਹੀਂ ਹੁੰਦਾ ਚਲ ਦੇਖ ਲੋ ਮਰਜ਼ੀ ਹੈ ਰਹਿਣਾ ਜੀ ਨਾ ਕੋਈ ਨਾ ਕੋਈ ਨਾ ਫੇਰ ਆਵਾਂਗੇ ਪੱਕਾ ਚੱਲੀਏ ਪ੍ਰੀਤ ਕੋਈ ਨਾ ਫਿਰ ਹੱਥਣੇ ਵਗ ਜੋ ਜੇ ਇੰਨੀ ਉਹ ਹੈ ਉਹ ਹੱਥਣੇ ਕੀ ਹੋ ਜੂ ਘੰਟੇ ਨਾਲ ਕੋਈ ਨਹੀਂ ਹੁੰਦਾ ਕਈ ਵਾਰ ਕੋਈ ਕੰਮ ਵੀ ਹੁੰਦਾ ਬੰਦੇ ਨੂੰ ਆਪਾਂ ਸ਼ਹਿਰ ਜਾ ਆਉਂਦੇ ਚੱਲੀਏ ਤੁਸੀਂ ਇੱਥੇ ਬਹਿ ਜਾਓ ਬਾਈ ਚੱਲ ਕੋਈ ਨਾ ਟਾਈਮ ਨਾਲ ਆ ਜਿਓ ਮਾੜਾ ਚੱਕਰ ਕੋਈ ਨਾ ਅੱਧੇ ਘੰਟੇ ਸੂਟ ਬੜੇ ਮਹਿੰਗੇ ਪਾਉਣ ਲੱਗ ਗਈ ਪ੍ਰੀਤ ਵਿਆਹ ਤੋਂ ਬਾਅਦ ਭਾਬੀ ਇਹਨਾਂ ਨੇ ਲਿਆ ਕੇ ਦਿੱਤੇ ਸੀਗੇ ਚਾਰ ਪੰਜ ਸੂਟ ਜਿਹੜਾ ਅਸੀਂ ਲਿਆ ਕੇ ਦਿੱਤੇ ਤੇ ਉਹ ਸਮਾਏ ਨਹੀਂ ਹਲੇ ਨਹੀਂ ਉਹ ਵੀ ਦੇ ਰੱਖੇ ਨੇ ਭਾਬੀ ਮੈਂ ਸਮਿਆ ਉਹਨੇ ਅੱਛਾ ਉਹ ਹਲੇ ਦੇ ਰੱਖੇ ਨੇ ਸਹੁਰੇ ਵਾਲੇ ਪਹਿਲਾਂ ਪਾ ਲਏ ਹੈ ਫਿਰ ਇਹਨਾਂ ਨੇ ਮੇਰੇ ਪਹਿਲਾਂ ਹੀ ਸਮਾਤੇ ਸੀਗੇ ਮੈਂ ਤਾਂ ਹੁਣ ਦੇਖਿਆ ਕੁੜੇ ਤੂੰ ਚੂੜਾ ਨਹੀਂ ਪਾਇਆ ਚੂੜਾ ਤਾਂ ਭਾਬੀ ਮੈਂ ਪਾਇਆ ਸੀ ਇੱਕ ਦਿਨ ਤੇ ਮੇਰੇ ਨਾਲ ਐਲਰਜੀ ਵਾਲੀ ਹੋ ਗਈ ਸੀ ਬਾਹਾਂ ਤੇ ਫਿਰ ਉਹ ਕਹਿੰਦੇ ਤੂੰ ਕੱਢ ਦੇ ਜੋ ਮੜੀ ਠੰਡਾ ਕੀ ਕਹਿੰਦੇ ਫਿਰ ਪਾ ਲਈ ਵਿਆਹ ਤੋਂ ਬਾਅਦ ਕਿਹੜੀ ਕੁੜੀ ਸੌਖੀ ਰਹਿੰਦੀ ਹੈ ਕਿਹੜੀ ਔਖੀ ਰਹਿੰਦੀ ਹੈ ਇਹ ਤਾਂ ਚੂੜਾ ਦੱਸਦਾ ਹੁੰਦਾ ਗਵਾਂਢਣਾ ਤਾਂ ਹੁਣ ਗੱਲਾਂ ਬਣਾ ਲੈਣਗੀਆਂ ਚੂੜਾ ਪਾ ਲੈ ਲਿਆ ਕੇ ਬੋਲੀਏ ਅਕੇ ਚੂੜਾ ਪਾਇਆ ਤੇ ਐਲਰਜੀ ਹੋ ਗਈ ਲੈ ਜਾ ਕੇ ਪਾ ਲੂੰਗੀ ਭਾਪੀ ਮੈਂ ਕੋਈ ਨਾ ਪਾ ਲਈ ਚੂੜਾ ਤਾਂ ਚੱਲ ਜੇ ਨਹੀਂ ਸਰਦਾ ਫਿਰ ਕਿਉਂ ਰਹਿਣਾ ਬਾਈ ਉਹੀ ਗੱਲ ਹੁਣ ਤੂੰ ਵਿਆਹੀ ਗਈ ਆਪਦੀ ਜ਼ਿੰਮੇਵਾਰੀਆਂ ਤੇਰੀਆਂ ਬਹੁਤ ਨੇ ਉੱਥੇ ਹੋਰ ਤੇਰੀ ਸੱਸ ਸਾਨੂੰ ਲਾਂਬੇ ਦਊਗੀ ਵੀ ਕੁੜੀ ਰੱਖ ਲਈ ਸਾਡੀ ਨਹੀਂ ਅਸੀਂ ਮੰਮੀ ਨੂੰ ਕਹਿ ਕੇ ਆਏ ਸੀ ਮੰਮੀ ਕਹਿੰਦੇ ਸੀ ਕਹਿੰਦੇ ਸ਼ਾਮ ਨੂੰ ਵਾਪਸ ਆ ਜਿਓ ਕਹਿੰਦੀ ਫਿਰ ਮੈਂ ਕੱਲੀ ਹੁੰਦੀ ਹਾਂ ਨਾਲੇ ਮੰਮੀ ਬਿਮਾਰ ਰਹਿੰਦੇ ਨੇ ਨਾ ਅੱਛਾ ਫਿਰ ਤਾਂ ਘਰ ਦਾ ਕੰਮ ਸਾਰਾ ਤੂੰ ਕਰਦੀ ਹੋਣੀ ਹਾਂਜੀ ਮੈਂ ਹੀ ਕਰਦੀ ਹਾਂ ਸਾਰਾ ਹੁਣੀ ਤੋਂ ਫਿਰ ਹੋਰ ਤਾਂ ਘਰੇ ਕੋਈ ਹੈ ਨੀ ਨਾ ਸਵਾ ਮਹੀਨਾ ਤਾਂ ਰੱਖਣਾ ਤੀ ਬੰਨ ਕੰਮ ਕਰਾਉਣਾ ਨੀ ਤੀ ਜੇ ਸੱਸ ਚੱਜਦੀ ਹੋਵੇ ਚੱਲ ਨਾ ਕਰਾਵੇ ਹੁਣ ਹੌਲੀ ਹੌਲੀ ਪਤਾ ਲੱਗਦਾ ਅਸਲ ਚ ਸੱਸ ਸਹੁਰੇ ਦਾ ਤਾਂ ਵੀ ਕਿਹੋ ਜਿਹੇ ਨੇ ਪਹਿਲਾਂ ਪਹਿਲਾਂ ਤਾਂ ਹਰੇਕ ਮਿੱਠਾ ਪਿਆਰਾ ਹੁੰਦਾ ਵੀ ਨੂੰ ਨਵੀਂ ਨਵੀਂ ਆਈ ਹੈ ਨਹੀਂ ਭਾਬੀ ਸੱਸ ਤਾਂ ਮੇਰੀ ਬਹੁਤ ਚੰਗੀ ਹੈ ਉਹਨੇ ਤਾਂ ਮੈਨੂੰ ਕਿਹਾ ਸੀ ਕਹਿੰਦੀ ਪੁੱਤ ਥੋੜੇ ਦਿਨ ਤੂੰ ਰਹਿਣ ਦੇ ਮੈਂ ਕਿਹਾ ਮੰਮੀ ਬਾਅਦ ਚ ਵੀ ਕਰਨਾ ਤੇ ਹੁਣ ਵੀ ਕਰਨਾ ਫਿਰ ਮੈਂ ਆ ਕੇ ਆਪੇ ਲੱਗ ਹੀ ਕਰਨਾ ਅੱਛਾ ਚੱਲ ਨਾ ਕੰਨਾਂ ਚ ਕੁਛ ਪਾਇਆ ਕੀ ਗੱਲ ਕੁੜੇ ਤੇਰੇ ਸਹੁਰੇ ਨੇ ਕੁਛ ਪਾਇਆ ਨੀ ਤੈਨੂੰ ਕੋਈ ਟੂਮ ਟਾਕ ਹੀ ਮੁੱਲ ਤੇ ਪਾਈ ਫਿਰਦੀ ਹੈ ਭਾਬੀ ਤੈਨੂੰ ਪਤਾ ਤਾਂ ਹੈਗਾ ਮੈਨੂੰ ਸੋਨਾ ਪਸੰਦ ਨੀ ਹੈਗਾ ਤਾਂ ਕਰਕੇ ਆ ਸ਼ਾਂਪੂ ਵੀ ਧੱਕੇ ਨਾਲ ਪਵਾਈ ਉਹਨਾਂ ਨੇ ਮੇਰੇ ਚਾ ਕੋਈ ਨਾ ਜਿਵੇਂ ਮੈਨੂੰ ਸ਼ਾਂਪ ਦੇ ਗਈ ਉਹ ਆਪਦੇ ਸੋਨਾ ਵੀ ਦੇ ਜਾ ਮੈਨੂੰ ਮੈਂ ਵਿਆਹ ਵੀ ਦੇਖ ਲਿਆ ਕਰੂੰਗੀ ਫਿਰ ਤੈਨੂੰ ਮੋੜ ਦੂੰ ਵਿਆਹ ਦੇਖ ਕੇ ਕੋਈ ਨਾ ਭਾਬੀ ਲੈ ਜਿਓ ਹਾਂ ਤੂੰ ਮੇਰਾ ਲੈ ਜੀ ਕਦੇ ਰਾਣੀ ਹਾਰ ਜੇ ਲੋੜ ਪਈ ਮੇਰੇ ਲਵ ਤਾਂ ਹੈਗਾ ਚੱਲ ਤੇਰੇ ਲਵ ਤਾਂ ਹੈ ਨੀਗਾ ਹਾਂਜੀ ਹੋਰ ਫਿਰ ਦੱਸ ਕਿੱਡੀ ਕੁ ਗੱਲ ਹੈਗੀ ਜੱਸੀ ਨੂੰ ਮਿਲਿਆ ਆਉਂਦੀ ਨਹੀਂ ਫਿਰ ਕਦੇ ਆਊਂਗੀ ਜਿੱਦੇ ਰਾਤ ਲਾ ਕੇ ਗਈ ਨਾ ਉਦੇ ਮਿਲੂੰਗੀ ਊਂ ਤਾਂ ਆਈ ਤੀ ਉਹ ਤੜਕੇ ਉਦੋਂ ਤੁਹਾਡਾ ਪਤਾ ਨੀ ਤੀ ਆਉਣ ਦਾ ਫਿਰ ਆ ਕੇ ਮੁੜ ਗਈ ਊਂ ਤਾਂ ਮੈਂ ਫੋਨ ਕਰ ਲੈਣੀ ਜੇ ਮਿਲਣਾ ਤਾਂ ਉਹ ਫਿਰ ਤੇਰੀ ਸੱਸ ਹੈ ਉਹਦੀ ਭੂਆ ਹੈ ਨਾ ਜਿਹੜੀ ਤੇਰੀ ਸੱਸ ਉਹਦੀ ਸਕੀ ਭੂਆ ਵਾਂਗੂ ਤਾਂ ਲੱਗਦੀ ਹੈ ਕੋਈ ਨਾ ਭਾਬੀ ਫਿਰ ਮਿਲੂੰਗੀ ਕਦੇ ਚੱਲ ਮਰਜ਼ੀ ਹੈ ਤੇਰੀ ਰੋਟੀ ਰੋਟੀ ਨਹੀਂ ਰੋਟੀ ਨਹੀਂ ਖਾਣੀ ਚੱਲ ਲੈ ਭੂਆ ਨੂੰ ਲਾਉਂਦੀ ਆ ਫੋਨ ਉਹ ਤਾਂ ਪੁੱਛਦੀ ਆ ਸਾਰਾ ਕੁਛ ਹੈਲੋ ਕੌਣ ਮੈਂ ਤਾਂ ਜੱਸੀ ਬੋਲਦੀ ਸੀ ਭੂਆ ਪਛਾਣ ਲਿਆ ਅੱਛਾ ਹਾਂ ਜੱਸੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਭੂਆ ਕਿਵੇਂ ਹੈ ਸਤਿ ਸ਼੍ਰੀ ਅਕਾਲ ਵਧੀਆ ਠੀਕ ਆ ਤੂੰ ਦੱਸ ਕੀ ਹਾਲ ਚਾਲ ਹੈ ਮੈਂ ਤਾਂ ਵਧੀਆ ਨਹੀਂ ਭੂਆ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਹਾਂ ਦੱਸ ਨਹੀਂ ਤਾਂ ਨਜਿਗਰਾ ਤੇਰਾ ਨੀ ਜਿਹੜੀ ਤੂੰ ਛੱਡੀ ਹੋਈ ਨਾਲ ਛੱਡੀ ਹੋਈ ਵਾਸਤੇ ਨੀ ਇੰਨਾ ਕੁਛ ਕਰੀ ਜਾਂਦੀ ਹੈ ਨੀ ਹੋਰ ਆ ਰਿਸ਼ਤਾ ਕਰਾਉਣ ਖਾਤਰ 1.5 ਕਿੱਲਾ ਦਾ ਨਾਮ ਲਵਾਤਾ ਤੁਸੀਂ ਨੇ
ਤੇ ਹੋਰ ਸੁਣ ਲੈ ਆ 10 ਲੱਖ ਵੀ ਆਪਦੇ ਕੋਲੇ ਦੇਤਾ ਉਹਨਾਂ ਨੂੰ ਲੈ। ਤੂੰ ਕੀ ਗੱਲਾਂ ਕਰੀਆਂ ਨੀ, ਮੈਨੂੰ ਤੇਰੀ ਗੱਲਾਂ ਦੀ ਸਮਝ ਨੀ ਆਉਂਦੀ ਹੈਗੀ। ਤੂੰ ਮੈਨੂੰ ਸਿੱਧਾ ਸਿੱਧਾ ਦੱਸ ਕੀ ਗੱਲ ਹੋਈ ਇਹ ਜੀ। ਲੈ ਤੈਨੂੰ ਸਮਝ ਕਿਉਂ ਨੀ ਆਉਂਦੀ ਭੂਆ, ਹੋਰ ਸੁਣ ਲੈ ਜੱਸੇ ਨੇ ਤਾਂ 10 ਲੱਖ ਵੀ ਆਪਦੇ ਕੋਲ ਦਿੱਤਾ ਭਾਈ ਉਹਨੂੰ। ਤੈਨੂੰ ਕੁਛ ਪਤਾ ਹੀ ਨੀ ਲੱਗਦਾ ਹੈਗਾ ਭੂਆ, ਤੂੰ ਘਰੇ ਰਹਿੰਦੀ ਹੈ ਕਿ ਬਾਹਰ ਰਹਿੰਦੀ ਹੈ? ਨੀ ਮੇਰੇ ਤੋਂ ਤਾਂ ਸਾਰੀਆਂ ਗੱਲਾਂ ਲੁਕੋ ਲੁਕੋ ਕੇ ਚੱਲਦੀਆਂ ਨੇ, ਨੀ ਮੈਨੂੰ ਕੁਛ ਨੀ ਦੱਸਿਆ ਹੈਗਾ। ਸ਼ੁਕਰ ਹੈ ਤੂੰ ਮੈਨੂੰ ਦੱਸਦਾ, ਹੁਣ ਮੈਂ ਕਰਦੀ ਹਾਂ ਨਾ ਦੀ ਧਰਨੇ ਟਿਕਾਣੇ। ਐਂ ਕਰੀ ਭੂਆ ਮੇਰਾ ਆਰਾਮ ਨਾ ਲਈ ਫਿਰ ਵਿੱਚ, ਵੀ ਮੈਂ ਦੱਸਿਆ ਮੇਰੇ ਸ਼ਾਂਪ ਪਾ ਦੇਣਗੇ ਫਿਰ, ਤੈਨੂੰ ਪਤਾ ਤਾਂ ਹੈਗਾ। ਚੰਗਾ ਚੰਗਾ, ਮੈਂ ਤੇਰਾ ਨਾਮ ਨੀ ਲੈਂਦੀ ਹੈਗੀ ਜੀ, ਪਰ ਮੈਂ ਖਬਰ ਸਰ ਪੱਕੀ ਲੈਂਦੀ ਹਾਂ ਜੀ। ਚੰਗਾ ਲੈ ਤਾਂ ਲਈ, ਚੰਗਾ ਫਿਰ ਮੈਂ ਤਾਂ ਕੱਟਦੀ ਹਾਂ ਫੋਨ। ਚੰਗਾ ਕਿਤੇ ਭੂਆ ਮੇਰਾ ਨਾਮ ਵੀ ਨਾ ਧਰਦੇ, ਕਿਤੇ ਮੇਰੇ ਪਵਾ ਦੇ ਸ਼ਾਂਪ। ਹਾਂ ਦੱਸ ਮਾਂ ਕੀ ਗੱਲ ਹੈ? ਬਸ ਦੱਸ ਦਿੰਦੀ ਹਾਂ, ਆ ਜਾਣ ਦੇ। ਕਿੰਨਾਂ ਨੂੰ ਆ ਜਾਣ ਦੇ? ਇਹਦੇ ਭਾਈ ਭਰਜਾਈ ਨੂੰ ਬੁਲਾਇਆ। ਲੈ ਉਹ ਮਾਂ ਉਹਨਾਂ ਨੂੰ ਕਾਹਤੋਂ ਫੋਨ ਕਰਤਾ ਬਿਨਾਂ ਗੱਲ? ਆ ਜਿਹੜੇ ਤੂੰ ਲੱਛਣ ਕਰਦਾ ਫਿਰਦਾ ਨਾ, ਉਹ ਸਾਰੇ ਪਤਾ ਲੱਗ ਗਏ ਮੈਨੂੰ। ਭਰਜਾਈ ਕਾਹਤੋਂ ਗੱਲ ਵਧਾਈ ਜਾਂਦੀ ਹੈ? ਹੈ ਕੀ ਮਿਲੂਗਾ ਤੈਨੂੰ? ਕਿਉਂ ਮਿਲਣਾ ਨਹੀਂ ਸੀ 10 ਲੱਖ ਰੁਪਈਆ? ਜਿਹੜਾ ਮੈਨੂੰ ਮਿਲਣਾ ਸੀ ਉਹ ਤਾਂ ਇਹਦੀ ਜੇਬ ਚੋਂ ਕੱਢ ਕੇ ਮਿਲ ਗਿਆ। ਉਹ ਜੇਬ ਚੋਂ ਫਿਰ ਮੇਰੀ ਜੇਬ ਕਿਹੜਾ ਬਗਾਨੀ ਹੈ, ਇਸ ਘਰ ਦੀ ਹੈ। ਆ ਦੇਖ ਲੈ ਚਾਚਾ, ਜਮਾਂ ਨਹੀਂ ਸਮਝਦੀ ਹੈਗੀ, ਫਿਰ ਬੰਦਾ ਕਹਿ ਦਿੰਦਾ ਵੀ ਭਾਈ ਘਰ ਖਰਾਬ ਹੋ ਗਏ, ਆਹ ਗੱਲਾਂ ਕਰਕੇ ਹੁੰਦੇ ਨੇ ਘਰ ਖਰਾਬ। ਦੇਖ ਘਰ ਖਰਾਬ ਕਰਨ ਵਾਲੇ ਤਾਂ ਤੂੰ ਲੱਛਣ ਕਰਦਾ, ਮੇਰੇ ਤੋਂ ਓਲੇ ਰੱਖ ਰੱਖ ਕੇ ਤੂੰ ਹੁਣੇ ਤੋਂ ਇਹਦੇ ਪੈਰ 'ਚ ਪੈਰ ਧਰਦਾ ਹੈ। ਓਲਾ ਤਾਂ ਰੱਖਿਆ ਸੀ ਮਾਂ ਵੀ ਘਰ ਵਾਜੇ। ਮੈਨੂੰ ਪੁੱਛ, ਜਿਹੜੀਆਂ ਚਤਰਾਈਆਂ ਤੁਸੀਂ ਕਰਦੇ ਫਿਰਦੇ ਹੋ ਸਾਰੀਆਂ ਪਤਾ ਲੱਗ ਗਈਆਂ ਨਾ, ਮੇਰੀ ਜ਼ਮੀਨ ਹੜੱਪਣ ਨੂੰ ਫਿਰਦੇ ਸੀ ਤੂੰ। ਮਾਸੀ ਜੀ ਇਹ ਤੁਹਾਡਾ ਬੋਲਣ ਦਾ ਕੀ ਅੰਦਾਜ਼ ਹੈ, ਥੋੜਾ ਜਿਹਾ ਲਿਹਾਜ਼ ਨਾਲ ਗੱਲ ਕਰੋ, ਜੇ ਸਾਨੂੰ ਬੁਲਾਇਆ ਤਾਂ ਨਾਲੇ ਮੈਂ ਤੁਹਾਡੀ ਕੀ ਜ਼ਮੀਨ ਹੜੱਪ ਲਈ ਬਈ? ਉਹ ਮਾਂ ਕੀ ਜ਼ਮੀਨ ਹੜੱਪ ਲਈ, ਬਿਨਾਂ ਗੱਲ ਤੋਂ ਤੂੰ ਬੋਲੀ ਜਾਂਦੀ ਹੈ। ਉਹਨਾਂ ਨੂੰ ਕੋਈ ਚਾਹ ਕੋਈ ਪਾਣੀ ਬੰਦਾ ਪੁੱਛਦਾ ਹੁੰਦਾ, ਆਉਣ ਸਾਰ ਸਿਰ ਚੜ ਗਈ ਉਹਨਾਂ ਦੇ। ਬਾਈ ਸਾਨੂੰ ਤਾਂ ਨਾ ਤੁਹਾਡੀ ਚਾਹ ਦੀ ਲੋੜ ਨਾ ਹੈਗੀ ਹੈ ਪਾਣੀ ਦੀ, ਸਾਨੂੰ ਤਾਂ ਗੱਲ ਦੱਸ ਦਿਓ ਕਿਉਂ ਬੁਲਾਇਆ। ਨਾ 1.5 ਕਿੱਲਾ ਜ਼ਮੀਨ ਦਾ ਨਾਮ ਲਗਾਉਣ ਨੂੰ ਫਿਰਦੀ ਸੀ, ਅਸੀਂ ਤੇਰੇ ਨਾਮ ਆਹੀ ਲਵਾ ਦਾਂਗੇ। ਲਵਾ ਦਾਂਗੇ ਲਵਾ ਦਾਂਗੇ ਦਾ ਕੀ ਮਤਲਬ ਹੈ ਮਾਸੀ ਜੀ, 1.5 ਕਿੱਲਾ ਤਾਂ ਸਾਡੇ ਨਾਲ ਕਦੋਂ ਦਾ ਕਰਾਇਆ ਤੁਹਾਡੇ ਪੁੱਤ ਨੇ, ਹੁਣ ਤਾਂ ਵਿਆਹ ਹੋ ਗਿਆ ਹੁਣ ਕੀ ਲਗਾਉ ਰੱਖਣੇ ਨੇ। ਜਿਹੜਾ 1.5 ਕਿੱਲਾ ਸਾਡੀ ਕੁੜੀ ਸਾਡੇ ਤੋਂ ਨਾ ਕਰਾ ਕੇ ਲੈ ਗਈ ਤੀ ਜਦੋਂ ਇਹਦਾ ਕਿਤੇ ਹੋਰ ਵਿਆਹ ਹੋਇਆ ਸੀ, ਉਦੋਂ ਅਸੀਂ ਨੇ ਤੁਹਾਡੇ ਮੁੰਡੇ ਨਾਲ ਸ਼ਰਤ ਲਾਈ ਤੀ, ਇਹ ਕਹਿੰਦਾ ਤੀ ਮੈਂ ਤੁਹਾਡੀ ਕੁੜੀ ਨੂੰ ਪਸੰਦ ਕਰਦਾ। ਚੁੱਪ ਕਰੋ, ਮੈਂ ਇਹਨੂੰ ਇਹ ਗੱਲ ਕਹੀ ਸੀ ਵੀ ਜੇ ਸਾਡੀ ਕੁੜੀ ਨੇ ਵਿਆਹ ਕਰਾਉਣਾ ਤਾਂ ਜ਼ਮੀਨ ਨਾ ਕਰਾ ਦੇ, ਇਹਨੇ ਕਰਾਤੀ। ਹਾਂ ਵੇ ਇਹੋ ਜਿਹੇ ਲੱਛਣ ਕਰਦਾ ਫਿਰਦਾ ਸੀ ਮੇਰੇ ਤੋਂ ਲੁੱਕ ਕੇ। ਉਹ ਮਾਂ ਘਰਾਂ ਚ ਕਲੇਸ਼ ਮਾੜੇ ਹੁੰਦੇ ਨੇ, ਮੈਂ ਤੈਨੂੰ ਹਲੇ ਵੀ ਕਹਿਣਾ ਤੂੰ ਟਿਕ ਜਾ। ਇਹ ਚ ਬਈ ਸਾਡਾ ਕੋਈ ਕਸੂਰ ਨੀ, ਅਸੀਂ ਕਿਹੜਾ ਕਿਹਾ ਤੇ ਆਪਦੀ ਮਾਂ ਮਾਂ ਪਿਓ ਤੋਂ ਲੁਕੋਇਆ ਗੱਲ। ਫਿਰ ਮੈਨੂੰ ਐਂ ਦੱਸ ਤੂੰ ਝੂਠ ਬੋਲ ਬੋਲ ਕੇ ਇਹਨੂੰ ਵਸਾ ਲਏਗਾ ਸੌਖੀ ਘਰ ਦੇ ਵਿੱਚ? ਵਸਾਉਂਗਾ ਤਾਂ ਮੈਂ ਹੈਗਿਆ ਜੇ ਵਿਆਹ ਕੇ ਲਿਆਂਦੀ ਹੈ। ਨਾਲੇ ਬਈ ਗੱਲ ਤੂੰ ਸੁਣ ਲੈ,
ਗੱਲ ਵਧਾਈ ਦੀ ਨਹੀਂ ਹੁੰਦੀ, ਗੱਲ ਨੂੰ ਟਕਿਆਈ ਦਾ ਹੁੰਦਾ। ਮੈਨੂੰ ਤਾਂ ਤੁਹਾਡੇ ਤੋਂ ਆਹ ਸੀ ਵੀ ਤੁਸੀਂ ਗੱਲ ਟਕਿਆਓਗੇ, ਬਈ ਤੁਸੀਂ ਤਾਂ ਗੱਲ ਹੀ ਵਧਾਈ ਜਾਂਦੇ ਹੋ। ਨਾ ਅਸੀਂ ਕੀ ਗੱਲ ਵਧਾਈਏ ਬਈ, ਪੰਗੇ ਤਾਂ ਤੁਹਾਡੀ ਮਾਂ ਲੈਂਦੀ ਹੈ, ਜਦੋਂ 1.5 ਕਿੱਲਾ ਨਾ ਕਿਰਾਏ ਲਿਆ ਹੁਣ ਕੀ ਹੋਇਆ ਕਰਕੇ ਲਹਾ ਲੂਗੀ ਨਾਮ ਤੋਂ ਫਿਰ। ਭਾਈ ਮੈਨੂੰ ਨੀ ਪਤਾ, ਮੇਰੀ ਜ਼ਮੀਨ ਮੋੜ ਦੋ ਤੇ ਆਪਦੀ ਕੁੜੀ ਨੂੰ ਨਾਲ ਲੈ ਜਾਓ ਆਪਦੇ। ਅਸੀਂ ਕਿਹੜਾ ਕਹਿੰਦੇ ਆ ਵੀ ਲੈ ਕੇ ਨੀ ਜਾਂਦੇ, ਜਾਣ ਵਾਲੀ ਤਾਂ ਬਣੇ, ਦੋ ਰੋਟੀਆਂ ਦੀ ਮਾਰ ਆ ਖਵਾ ਦਾਂਗੇ। ਆਹੋ ਸਾਡੀ ਜ਼ਮੀਨ ਤੇ ਰਾਜੇ ਬੋਲਦੀ ਨਾ ਹੋਇਆ ਜਲੂਸ ਮੈਂ ਕਰਦੀ ਆ। ਮੇਰੀ ਗੱਲ ਸੁਣ ਲਓ, ਨਾ ਤਾਂ ਪ੍ਰੀਤ ਕਿਤੇ ਜਾਊਗੀ ਤੇ ਨਾ ਮੈਂ ਇਹਨੂੰ ਭੇਜਾਂ, ਚਾਹੇ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ। ਮੇਰੀ ਗੱਲ ਸੁਣ ਲੈ ਬਈ, ਗਲਤੀ ਇਹ ਚ ਸਾਰੀ ਤੇਰੀ ਹੈ, ਤੂੰ ਆਪਦੀ ਮਾਂ ਨੂੰ ਕਿਉਂ ਨੀ ਦੱਸਿਆ ਬਈ ਮੈਂ ਜ਼ਮੀਨ ਨਾਮ ਕਰਵਾ ਰਿਹਾ ਉਹਨਾਂ ਦੇ। ਬਈ ਮੈਂ ਹਲੇ ਵੀ ਕਹਿਣਾ ਤੂੰ ਟਿਕ ਜਾ, ਚੁੱਪ ਕਰ ਜਾ, ਕਿਉਂ ਗੱਲ ਨੂੰ ਵਧਾਈ ਜਾਨੀ ਹੈ। ਅੱਛਾ ਮੈਂ ਵਧਾ ਰਹੀ ਹਾਂ, ਸਾਨੂੰ ਬੁਲਾਇਆ ਕਦੇ ਵਾਸਤੇ ਫਿਰ ਉਰੇ? ਮੇਰੀ ਗੱਲ ਸੁਣ ਲੈ, ਮੈਂ ਬੁਲਾਇਆ ਨਹੀਂ, ਮੇਰੀ ਮਾਂ ਨੇ ਫੋਨ ਕਰਿਆ। ਤਾਂ ਕਿਉਂ ਕਰਿਆ ਬਈ, ਦੱਸੋ ਕੀ ਕਰੀਏ ਅਸੀਂ? ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਇੱਕ ਗੱਲ ਕਹਿਣੀ ਆ, ਇਹਨੂੰ ਤੁਰ ਤੇ ਜ਼ਮੀਨ ਆਪਦੀ ਵਾਪਸ ਲੈ। ਫੁੱਫੜ ਜੀ ਤੁਸੀਂ ਇਹ ਸਮਝਾ ਦਿਓ ਮੰਮੀ ਨੂੰ। ਉਹ ਭਾਈ ਗੱਲ ਇੱਦਾਂ ਗਈ, ਜਿਹੜਾ ਭਾਈ ਤੈਨੂੰ 10 ਲੱਖ ਰੁਪਏ ਦਿੱਤਾ ਸੀਗਾ ਉਹਦੇ ਪਿੱਛੇ ਤੜਫ ਰਹੀ ਤੇਰੀ ਮਾਂ। ਮੈਨੂੰ ਪਤਾ ਚਾਚਾ, ਮੈਨੂੰ ਪਤਾ ਵੀ ਅੱਗ ਕਿੱਥੇ ਲੱਗਦੀ ਹੈ ਤੇ ਮੈਨੂੰ ਪਤਾ ਵੀ ਇਹ ਅੱਗ ਲੱਗੂਗੀ ਵੀ। ਹੁਣ ਉਹਦੇ ਵਿੱਚ ਸਾਡੀ ਵੀ ਗਲਤੀ ਨਹੀਂ ਸੀ ਕੋਈ। ਗਲਤੀ ਬਾਈ ਤੇਰੀ ਹੈ, ਸਾਡੀ ਕੋਈ ਗਲਤੀ ਨਹੀਂ, ਅਸੀਂ ਤਾਂ ਪਹਿਲਾਂ ਗਿਆ ਤੇ ਅਸੀਂ ਤਾਂ ਗਰੀਬ ਬੰਦੇ ਆ, ਸਾਡੀ ਨਹੀਂ ਭੁਗਦੀ ਇੰਨੀ। ਮੈਂ ਤੈਨੂੰ ਇਹ ਗੱਲ ਕਹੀ ਸੀ ਵੀ ਬਾਈ ਵੀ ਆ ਤੇਰੇ ਮੂਰੇ 1.5 ਹੱਥ ਜੋੜਿਆ, ਇਹਨੂੰ ਗੱਲ ਪਹੁੰਚਾ ਲਈ ਪਰ ਤੇਰੇ ਪਚੀ ਨਹੀਂ। ਤੂੰ ਨਾ, ਮੈਂ ਕਿਹਦੇ ਕੋਲੇ ਗੱਲ ਕਰੀ ਹੈ? ਤੂੰ ਤੇਰੀ ਕਮਾਂਡਣ ਜੱਸੀ ਕੋਲੇ ਦੱਸਿਆ ਬਾਈ, ਉਹਨੇ ਮੇਰੀ ਮਾਂ ਨੂੰ ਫੋਨ ਕਰਤਾ। ਦੇਖ ਲੈ ਭਾਬੀ, ਉੱਥੇ ਤਾਂ ਉਹ ਜਿਹੜਾ ਕੁਝ ਕਰ ਰਹੀ ਸੀ, ਮੈਂ ਮਰ ਜਾ ਜੱਸੀ ਬੇਵਾ ਕੰਜਰੀ ਇਹ ਜੀ ਨਿਕਲੀ। ਆ ਦੇਖ ਲੈ ਨਾ, ਤੁਸੀਂ ਨਹੀਂ ਕਰਦੇ ਜੀ ਭਰੋਸਾ, ਉਰੇ ਵੀ ਘਰ ਜਾਣ ਨੂੰ ਫਿਰਦੀ ਆ ਪ੍ਰੀਤ ਦਾ। ਦੇਖ ਲਓ ਭਾਬੀ, ਜੱਸੀ ਨੇ ਤਾਂ ਮੈਨੂੰ ਉੱਥੇ ਵੀ ਨਹੀਂ ਸੀ ਜਿਉਣ ਦਿੱਤਾ ਤੇ ਹੁਣ ਵੀ ਐਂ ਚਾਹੁੰਦੀ ਆ ਵੀ ਉਰੇ ਵੀ ਨਾ ਬਸ ਆਵੇਂ, ਪਤਾ ਨਹੀਂ ਮੈਂ ਉਹਦਾ ਕੀ ਮਾੜਾ ਕੀਤਾ। ਭਾਈ ਤੁਸੀਂ ਪਹਿਲਾਂ ਉਰੇ ਗੱਲ ਨਿਬੇੜੋ ਜਿਹੜੀ ਹੋ ਰਹੀ ਹੈ, ਜੱਸੀ ਨੂੰ ਤਾਂ ਮੈਂ ਆਪੇ ਦੇਖ ਲੂੰਗੀ ਜਾ ਕੇ, ਜੇ ਉਹਨੇ ਸਾਡੀ ਗੱਲ ਲੜਾਈ ਹੈ ਨਾ, ਗੱਲਾਂ ਆਉਂਦੀਆਂ ਨੇ ਮੇਰੇ ਲਈ ਬਹੁਤ ਨੇ ਫਿਰ ਡਾਉਣ ਨੂੰ। ਗੱਲ ਤਾਂ ਨਿਬੜ ਗਈ, ਖੜੀ ਹੋ ਕੁੜੀਏ, ਬਾਹਰ ਨਿਕਲ ਚੱਲ ਤੂੰ। ਉੱਪਰ ਜਾਈ, ਇਹ ਕੀ ਕਰੀ ਜਾਂਦੀ ਹੈ, ਪਾਗਲ ਹੋਈ ਹੈ ਤੂੰ? ਉਹ ਮਾਸੀ ਜੀ ਗੱਲ ਸੁਣੋ, ਠੀਕ ਹੈ? ਮੈਂ ਇਹਨੂੰ ਘਰੇ ਨਹੀਂ ਰੱਖਣਾ। ਤੂੰ ਗੱਲ ਤਾਂ ਸੁਣ ਲਓ, ਤੁਸੀਂ 1.5 ਕਿੱਲੇ ਬਾਅਦ ਤੇ ਤੜਪ ਦਿਓ ਨਾ, ਉਹ ਅਸੀਂ ਕੋਈ ਨਾਂ ਨਹੀਂ ਲਵਾਇਆ, ਉਹ ਤੁਹਾਡੇ ਮੁੰਡੇ ਦੇ ਨਾਮ ਹੈ, ਠੀਕ ਹੈ? ਤੁਸੀਂ ਕਿਉਂ ਹੁਣ ਪਰਦੇ ਪਾਈ ਜਾਂਦੇ ਹੋ, ਜਦੋਂ ਗੱਲ ਪਤਾ ਹੀ ਲੱਗ ਗਈ ਹੁਣ ਪਤਾ ਲੱਗ ਜਾਣ ਤੋਂ ਆਪਦੀ ਕੁੜੀ ਨੂੰ ਹੀ ਕਰ ਦੇਣਗੇ, ਅਸੀਂ ਕੇਸ ਨਹੀਂ ਕਰਦਾਂਗੇ। ਉਹ ਕੀ ਪਤਾ ਲੱਗ ਜਾਣ ਦੇ, ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਉਹ ਝੂਠ ਹੈ ਤੇ ਜਿਹੜਾ ਹੁਣ ਕਹਿ ਰਹੇ ਉਹ ਸੱਚ ਹੈ, ਮੈਂ ਆਪਦੀ ਭੈਣ ਦਾ ਘਰ ਵਸਾਉਣ ਵਾਸਤੇ ਸਾਰਾ ਕੁਝ ਕੀਤਾ। ਇਹ ਕੀ ਪਕਾਈ ਮਰੀ ਜਾਂਦੇ ਤੁਸੀਂ, ਇਹਦਾ ਮਤਲਬ ਜ਼ਮੀਨ ਆਪਣੇ ਨਾਮ ਲੱਗੀ ਨਹੀਂ? ਨਹੀਂ ਲੱਗੀ। ਹਾਏ ਮੈਂ ਮਰ ਜਾ ਬੇ ਰੱਬਾ, ਐਡਾ ਵੱਡਾ ਧੋਖਾ ਮੇਰੇ ਨਾਲ, ਬੂ ਮੈਂ ਮਰ ਗਈ। ਮੇਰੀ ਗੱਲ ਸੁਣ ਲਓ, ਜੇ ਜ਼ਮੀਨ ਮੇਰੇ ਨਾਮ ਨਹੀਂ ਨਾ ਕਰਾਈ, ਚੱਲ ਨੀ ਅਸ ਤਾਂ ਤਲਾਕ ਦਿੰਦੇ ਇਹਨੂੰ, ਸਾਡੇ ਨਾਲ 1.5 ਕਿੱਲਾ ਜ਼ਮੀਨ ਦਾ ਕਰਾਓ। ਇਹ ਨਹੀਂ ਬਈ ਜਾਂਦੀ ਹੈਗੀ, ਲਾਮਾ ਲੈ ਕੇ ਲਿਆਇਆ ਮੈਂ ਇਹਨੂੰ। ਐ ਕਿਵੇਂ ਨਹੀਂ ਜਾਂਦੀ ਇਹ? ਚੁੱਪ ਕਰਕੇ ਖੜ ਲੈ, ਕਰ ਜਾ, ਬਹੁਤ ਚੱਲ ਗਈਆਂ ਤੁਹਾਡੀਆਂ, ਵੇ ਟਾਈਮ ਅਲੱਗ ਬੰਦੇ ਮੇਰੇ ਨਾਲ ਧੋਖਾ ਕੀਤਾ ਧੋਖਾ, ਮੈਂ ਨਹੀਂ ਰਹਿੰਦੀ ਤੇਰੇ ਹੁਣ, ਨਾਲੇ ਤੁਸੀਂ ਮੇਰੀ ਗੱਲ ਸੁਣ ਲਓ, ਤੁਸੀਂ ਜ਼ਮੀਨ ਨਹੀਂ ਨਾ ਕਰਾਈ, ਚੱਲ ਨੀ ਦੇ ਇਹਨੂੰ ਤਲਾਕ, ਸਾਨੂੰ ਤਾਂ 1.5 ਕਿੱਲਾ ਚਾਹੀਦਾ। ਬਈ ਜਿਹਨੇ ਜਿਹੜਾ ਕੁਛ ਕਰਨਾ ਕਰੋ, ਨਹੀਂ ਕਰਨਾ ਨਾ ਕਰੋ, ਪ੍ਰੀਤ ਕਿਤੇ ਨਹੀਂ ਜਾਂਦੀ। ਐ ਕਿਵੇਂ ਨਹੀਂ ਜਾਂਦੀ ਪ੍ਰੀਤ, ਫਿਰ ਸਾਡਾ 1.5 ਕਿੱਲਾ ਦੇ ਦੋ ਜੇ ਪ੍ਰੀਤ ਵਸਾਉਣੀ ਹੈ। ਉਹ ਨਾ 1.5 ਕਿੱਲਾ ਮਿਲੇ ਨਾ ਪ੍ਰੀਤ ਮਿਲੇ, ਮੈਂ ਇਹਨੂੰ ਲਾਮਾ ਲੈ ਕੇ ਲਿਆ। ਤੂੰ ਦੇਖ ਲੈ ਹੁਣ, ਘਰ ਤੁਹਾਡਾ ਬਰਬਾਦ ਹੋਊਗਾ, ਜਾਂ ਪ੍ਰੀਤ ਨੂੰ ਰੱਖ ਲਓ ਜਾਂ ਸਾਨੂੰ 1.5 ਕਿੱਲਾ ਦੇ ਦੋ। ਨਹੀਂ ਮਿਲਦੀ ਹੈਗੀ, ਪ੍ਰੀਤ ਨੂੰ ਲੈ ਜਾਓ ਆਪਦੀ ਨੂੰ। ਚੱਲ ਨੀ ਪ੍ਰੀਤ, ਫਿਰ ਜੋ ਤੇਰੀ ਸੱਸ ਨਹੀਂ ਕਹਿਤਾ ਨਹੀਂ ਜਾਣਾ ਭਾਬੀ, ਮੈਂ ਤੁਸੀਂ ਖੇੜੇ ਬਣਾ ਕੇ ਮੈਂ ਵਿਆਹ ਕਰਵਾ ਕੇ ਆਈ ਇੱਥੇ। ਓ ਯਾਰ ਬਸਣ ਦੇ, ਅਹੀ ਜੀ ਤੂੰ ਇਹ ਕੀ ਬਸੂਗੀ ਤੇ ਸੱਸ ਤੈਨੂੰ ਕੱਢ ਕੇ ਰਾਜੀ ਹੈ ਘਰੋਂ? ਜੇ ਕੱਢ ਕੇ ਰਾਜੀ ਹੈ, ਰਾਜੀ ਹੈ ਤਾਂ ਮੈਂ ਤੇ ਪ੍ਰੀਤ ਕਿਤੇ ਹੋਰ ਰਹਿ ਲਾਂਗੇ ਜਾ ਕੇ। ਤੇਰਾ ਕੱਲੇ ਦਾ ਘਰ, ਇਹਨਾਂ ਦਾ ਕੋਈ ਸਾਇਆ ਨਹੀਂ ਉਰੇ। ਬਸ ਫੇਰ ਠੀਕ ਹੈ, ਅਸੀਂ ਕਿਤੇ ਹੋਰ ਰਹਾਂਗੇ ਜਾ ਕੇ। ਬਸ ਜਿਹੜਾ ਮੇਰੇ ਨਾਲ ਧੋਖਾ ਕੀਤਾ ਨਾ, ਉਹਦਾ ਤਾਂ ਮੈਂ ਬਦਲਾ ਲੈ ਕੇ ਹਟੂੰਗੀ। ਤੁਸੀਂ ਬਈ ਬਦਲਾ ਲੈਣਾ ਜੀ ਤੋਂ ਲਓ,
ਪਰ ਪ੍ਰੀਤ ਕਿਤੇ ਨਹੀਂ ਜਾਂਦੀ। ਬੇਜਵਾਨਾ ਮੰਗਦਾ ਤੂੰ, ਬੇਜਵਾਨਾ ਤੂੰ, ਜਵਾਨ ਕੀਤੀ ਸੀ ਮੇਰੇ ਨਾਲ। ਮੈਂ ਤਾਂ ਬੇਜਵਾਨਾ ਹੋ ਗਿਆ, ਗੱਲ ਸਾਰਿਆਂ ਨੂੰ ਪਤਾ ਸੀ, ਸਿਰਫ ਸੋਨੂੰ ਝੂਠ ਬੋਲਿਆ ਸੀ ਉਹ ਵੀ ਤਾਂ ਕਰਕੇ ਕਿਉਂਕਿ ਤੁਸੀਂ ਰਾਹ ਦਾ ਰੋੜਾ ਬਣਦੇ ਸੀ। ਤੇ ਨਾਲੇ ਗੱਲ ਇੱਕ ਹੋਰ ਦੱਸਦਾ, ਮੈਂ ਤਾਂ ਜਵਾਨ ਤੇ ਮੁੱਕ ਰਿਹਾ, ਜਿਹੜਾ ਕੁਛ ਤੁਸੀਂ ਪ੍ਰੀਤ ਨਾਲ ਕਰਦੇ ਰਹੇ ਹੋ ਨਾ ਉਹ ਸਾਡੀ ਤਾਂ ਇਹ ਕੁੜੀ ਹੈ, ਅਸੀਂ ਤਾਂ ਕੁਛ ਮਰਜ਼ੀ ਕਰੀਏ, ਚਾਹੇ ਇਹਨੂੰ ਇੱਥੇ ਬਸਾਈਏ ਚਾਹੇ ਇਹਨੂੰ ਇੱਥੋਂ ਲੈ ਜਾਈਏ। ਚੱਲ ਜੇ ਬਾਈ ਇਹ ਤੇਰੀ ਕੁੜੀ ਹੁੰਦੀ ਨਾ ਤਾਂ ਤੂੰ ਇੰਨਾ ਮਾੜਾ ਸਲੂਕ ਨਾ ਕਰਦੀ ਇਹਦੇ ਨਾਲ। ਜੇ ਇਹਦੀ ਮਾਂ ਨਹੀਂ ਹੈਗੀ, ਕਹਿੰਦੇ ਹੁੰਦੇ ਨੇ ਨਾ ਵੀ ਮਾਸੀ ਤਾਂ ਕਦੇ ਮਾਂ ਨਹੀਂ ਬਣਦੀ, ਤੂੰ ਤਾਂ ਫਿਰ ਵੀ ਬਾਈ ਭਾਬੀ ਸੀ। ਬੇ ਤੂੰ ਬਸ ਕਰ, ਤੂੰ ਆ ਗਿਆ ਵੱਡਾ ਹੇਜ਼ਲੇ ਦਾ, ਦੇਖੋਗੇ ਇਹਨੂੰ ਤਾਂ ਕਿੰਨਾ ਖੁਸ਼ ਰੱਖੇਗਾ। ਰੱਖੂਗਾ ਬਾਈ, ਬੇਸ਼ੱਕ ਜੇ ਪੈਰਾਂ ਥੱਲੇ ਹੱਥ ਦੇਣੇ ਪਏ ਉਹ ਵੀ ਦੇਊਂਗਾ, ਘਰ ਵਾਲੀ ਆ ਮੇਰੀ, ਫਿਰਾਉਣਾ ਨਹੀਂ ਹੈਗੀ। ਮੈਂ ਤਾਂ ਨਹੀਂ ਮਾਂ ਬਣ ਸਕੀ, ਆ ਤੇਰੀ ਮਾਂ ਤਾਂ ਬਣ ਗਈ ਹੋਣੀ ਜਿਹਨੇ ਮਿੰਟਾਂ 'ਚ ਕਹਿਤਾ ਲੈ ਜਵਾਬਦੀ ਨੂੰ। ਜੇ ਮੇਰੀ ਮਾਂ ਨੇ ਵੀ ਨਾ ਵਸਾਈ ਤਾਂ ਮੈਂ ਤੇ ਪ੍ਰੀਤ ਕਿਤੇ ਹੋਰ ਰਹਿਣ ਲੱਗ ਜਾਂਗੇ। ਨਾਲੇ ਹਾਂ, ਇਹ ਸ਼ਾਪ ਤਾਂ ਪ੍ਰੀਤ ਲੈਂਦੀ ਨਹੀਂ ਮੇਰੇ ਤੋਂ। ਮੇਰੀ ਸ਼ਾਪ ਦੇ ਦਿਓ ਭਾਬੀ ਮੈਨੂੰ। ਹੁਣ ਤਾਂ ਬਈ ਤੈਨੂੰ ਸੁਣੀ ਗਿਆ, ਹੁਣ ਇੰਨੀ ਵੀ ਸ਼ਰਮ ਤਾਂ ਤੂੰ ਹੈ। ਤੇ ਫਾੜ ਆਪਦੀ ਸ਼ਾਪ, ਅਸੀਂ ਜੇ 100 ਪਈਆਂ ਨੇ ਮੇਰੇ ਵੇਲੇ ਨੂੰ ਛਾਪਾਂ। ਕੋਈ ਨਾ ਬਈ, ਲੰਡੂਏ ਚਾਹੇ ਚੰਗੀ ਹੈ, ਸ਼ਾਪ ਤਾਂ ਸ਼ਾਪ ਹੀ ਹੈ। ਉਹ ਬਾਈ ਮੈਂ ਤੈਨੂੰ ਉੱਦੇ ਕਿਹਾ ਸੀ ਨਾ ਝੂਠ ਬੋਲਿਆ, ਪਤਾ ਤਾਂ ਲੱਗੂਗਾ ਕਿਉਂ ਜਲੂਸ ਨਿਕਲ ਗਿਆ ਸਾ। ਬਾਈ ਕੋਈ ਗੱਲ ਨਹੀਂ, ਜਲੂਸ ਨਿਕਲਣ ਵਾਲਾ ਨਿਕਲ ਗਿਆ, ਪਰ ਜੱਟ ਆਪਦੀ ਜਵਾਨ ਤੋਂ ਨਹੀਂ ਮੁੱਕਰਦਾ। ਬੇ ਬਸ ਕਰ, ਦੇਖ ਲਈ ਤੇਰੀ ਜਵਾਨ, ਨਾਲੇ ਤੇਰੀ ਦੇਖ ਲਈ, ਤੂੰ ਵੀ ਬਰਾਬਰ ਦਾ ਹੀ ਭਾਗੀਦਾਰ ਹੈ। ਜੇ ਜਵਾਨ ਹੈਗੀ ਸੀ ਤਾਂ ਹੀ ਪ੍ਰੀਤ ਅੱਜ ਸਾਡੇ ਵਿਹੜੇ 'ਚ ਖੜੀ ਹੈ ਬਾਈ। ਨਾਲੇ ਫੁੱਫੜ ਜੀ ਤੁਸੀਂ ਤਾਂ ਸਿਆਣੇ ਵਿਆਣੇ ਹੋ, ਤੁਹਾਡੇ ਤੋਂ ਤਾਂ ਅਸੀਂ ਇਹੀ ਚ ਕਦੇ ਆਸ ਲਾਈ ਵੀ ਨਹੀਂ ਸੀ। ਫੁੱਫੜ ਦੀ ਕੀ ਗਲਤੀ ਹੈ ਜਾਂ ਨਾ ਫੁੱਫੜ ਨੂੰ ਬਾਈ ਅਸੀਂ ਕਿਹਾ ਸੀ। ਕੁੱਲ ਮਿਲਾ ਕੇ ਗਲਤੀ ਤਾਂ ਮੇਰੀ ਹੈ ਬਾਈ, ਜਿਹੜਾ ਮੈਂ ਇਹਨੂੰ ਆਪਦੀ ਭੈਣ ਸਮਝਦੀ ਰਹੀ। ਲੈ ਅੱਜ ਮੈਨੂੰ ਨਵੀਂ ਗੱਲ ਪਤਾ ਲੱਗੀ ਹੈ ਵੀ ਤੂੰ ਵੀ ਬਾਈ ਇਹਨੂੰ ਭੈਣ ਸਮਝਦੀ ਸੀ ਹੈ। ਉਹ ਤਾਂ ਸਾਰਿਆਂ ਨੂੰ ਹੀ ਪਤਾ ਬਾਈ, ਤੇ ਨਾਲੇ ਮੇਰਾ ਮੂੰਹ ਖਰਾਉਣ ਦੀ। ਡੇਢ ਕਿੱਲਾ ਖਾ ਗਈ ਮੇਰਾ, ਡੇਢ ਕਿੱਲਾ। ਡੇਢ ਕਿੱਲਾ ਇਹਨੇ ਨਹੀਂ ਖਾਦਾ ਬਾਈ, ਇਹਦੇ ਪਿਛਲੇ ਘਰ ਵਾਲੇ ਨੇ ਖਾਦਾ। ਪਿਛਲੇ ਘਰ ਵਾਲੇ ਨੇ ਖਾਦਾ, ਉਹ ਤੈਨੂੰ ਖਵਾ ਦੂਗੀ ਸਾਰਾ ਘਰ ਇਹ। ਏਸੇ ਦੀ ਚੱਲੂਗੀ ਰਕਾਨ ਦੀ ਫਿਰ ਤਾਂ ਉਰੇ। ਤੁਹਾਡੇ ਘਰ 'ਚ ਤਾਂ ਬਾਈ ਪਤਾ ਨਹੀਂ, ਪਰ ਇਸ ਘਰ 'ਚ ਏਸੇ ਦੀ ਚੱਲੂਗੀ। ਫਿਰ ਸਾਡੇ ਘਰ 'ਚ ਨਾ ਇਹਨੂੰ ਕਹਿ ਦੇ ਦੋ ਵਾਰ ਕਦਮ ਰੱਖਣ ਦੀ ਲੋੜ ਨਹੀਂ। ਕੋਈ ਗੱਲ ਨਹੀਂ ਬਾਈ, ਹੈ ਗਿਆ ਮੈਂ ਰੱਖ ਲੂੰਗਾ ਇਹਨੂੰ। ਮੈਂ ਦੇਖ ਲਾਂਗੇ ਤੇਰੇ ਕੋਲ 3600 ਫਿਰਦਾ। ਚੱਲ ਉਹ ਤਾਂ ਤੈਨੂੰ ਨਹੀਂ ਵਸਾਉਂਦੇ ਹੁਣ, ਹੁਣ ਇਸ ਘਰੋਂ ਵੀ ਨਿਕਲ ਜਾ। ਐਂ ਕਿਵੇਂ ਨਿਕਲ ਜਾ, ਜੇ ਇਹ ਗਈ ਤਾਂ ਮੈਂ ਵੀ ਨਾਲ ਹੀ ਜਾਊਂਗਾ। ਉਹ ਤਾਂ ਤੂੰ ਇਹਦੇ ਮਗਰ ਲੱਗ ਕੇ ਜਾਏਂਗਾ। ਇਹ ਮੇਰੇ ਮਗਰ ਲੱਗ ਕੇ ਆਈ ਹੈ ਨਾ, ਫਿਰ ਮੈਂ ਇਹਦੇ ਮਗਰ ਕਿਉਂ ਨਾ ਲੱਗਾ। ਤੇ ਨਾਲੇ ਮੈਂ ਘਰ ਵਸਦਾ ਹੁੰਦਾ ਪਰਿਵਾਰ ਨਾਲ, ਸਾਰਿਆਂ ਦੇ ਸਹਿਯੋਗ ਨਾਲ। ਰਿਸ਼ਤਾ ਇਕੱਲੇ ਮੁੰਡੇ ਕੁੜੀ ਦਾ ਨਹੀਂ ਹੁੰਦਾ, ਸਾਰੇ ਪਰਿਵਾਰ ਦਾ ਹੁੰਦਾ। ਜੇ ਧੀ ਬਣਾ ਕੇ ਰੱਖੇਗੀ ਤਾਂ ਰਹਾਂਗੇ, ਨਹੀਂ ਫਿਰ ਮੈਂ ਤੇ ਪ੍ਰੀਤ ਕਿਤੇ ਵਗ ਜਾਂਗੀ। ਆ ਚੱਲੀਏ ਪ੍ਰੀਤ। ਨਹੀਂ 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 ਉੱਪਰ ਜਾਈ, ਕਿਉਂ ਪਾਗਲ ਗੱਲਾਂ ਕਰਦੀ ਆ। ਚਾਚਾ ਜੇ ਸਮਝਾਉਣਾ ਸਮਝਾ ਦੇ। ਉਹ ਨਹੀਂ ਭਤੀਜ, ਤਾਂ ਕਿਤੇ ਨਹੀਂ ਜਾਣਾ, ਆ ਤੇਰਾ ਘਰ ਆ, ਇਹ ਕੀ ਕਰੂ ਗੱਲੀ ਦਾ ਕਿੱਥੇ। ਹਾਂ ਪੁੱਤ ਮੈਨੂੰ ਮਾਫ਼ ਕਰ ਦੇ, ਮੈਨੂੰ ਮਾਫ਼ ਕਰ ਦੇ, ਮੈਨੂੰ ਮਾਫ਼ ਕਰ ਦੇ ਧੀਏ। ਮੈਂ ਬਸ ਮੈਂ ਪਤਾ ਨਹੀਂ ਲੋਕਾਂ ਦੀਆਂ ਗੱਲਾਂ 'ਚ ਆ ਗਈ ਸੀ, ਹੈ ਨਾ, ਮੈਨੂੰ ਮਾਫ਼ ਕਰ ਦੇ। ਚੱਲ ਕੋਈ ਨਾ, ਚਲਾ ਜਾ। ਉੱਪਰ ਜਾਈ, ਦਿਮਾਗ ਤੂੰ ਕੰਮ ਲਿਆ ਕਰ, ਹੈ ਐਡੀ ਕਿੱਡਾ ਕੁ ਪਰਿਵਾਰ ਤੇਰਾ, ਕਰ ਇਕੱਲਾ ਇਕੱਲਾ ਮੁੰਡਾ ਗਾ, ਤੂੰ ਇਹਨੂੰ ਵੀ ਘਰੋਂ ਬਾਹਰ ਕੱਢਣ ਲੱਗੀ ਸੀ, ਥੋੜ੍ਹਾ ਅਕਲ ਤੋਂ ਕੰਮ ਲੈ ਲਿਆ ਕਰ। ਉਹ ਨਾਲੇ ਭਰਜਾਈ ਕੀ ਕਰੇਂਗੀ ਇੰਨੇ ਪੈਸਿਆਂ ਦਾ, ਹੈ ਚੰਗਾ ਭਲਾ ਤੇਰੇ ਲਵੇ ਸਭ ਕੁਛ ਲੈਗਾ, ਜੇ ਦੀ ਪੈਸੇ ਇਹਨੇ ਦਿੱਤੇ ਆ ਚਾਹੇ ਉਹਨੇ ਦਿੱਤੇ ਆ, ਪੈਸੇ ਦਾ ਆਕੜ ਨੂੰ ਤੇਰੇ ਕਰੀ ਆਇਆ। ਹਾਂ ਸ਼ਕੰਦਰ, ਮੈਂ ਤਾਂ ਨਾ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਗਈ ਸੀ, ਮੇਰੇ ਪੁੱਤ ਤੋਂ ਬਿਨਾਂ ਮੇਰਾ ਹੈ ਵੀ ਕੌਣ। ਉਹ ਭਰਜਾਈ ਲੋਕ ਤਾਂ ਘਰ ਪੜਦੀ ਹੁੰਦੇ ਆ, ਲੋਕਾਂ ਦਾ ਕੰਮ ਹੀ ਇਹ ਹੁੰਦਾ ਅੱਗ ਲਾਉਣਾ। ਇਹ ਤਾਂ ਤੂੰ ਸਹੀ ਕਹਿਣਾ। ਉਹ ਜਿਹਦੇ ਤੂੰ ਮਗਰ ਲੱਗੀ ਫਿਰਦਾ, ਜਿਹਨੂੰ ਤੂੰ ਆਪਣੀ ਸਹੇਲੀ ਸਮਝਿਆ, ਮਣੀ ਕੌਣ ਆ ਉਹ।
ਪਹਿਲਾਂ ਤਾਂ ਘਰ ਕੁਛ ਨਹੀਂ ਪੱਟੇ ਸੀ, ਕੁਛ ਨਹੀਂ ਉਹਦੀ ਵੀਡੀਓ ਵਾਇਰਲ ਕਰੀਆਂ ਸੀਗੀਆਂ। ਅੱਛਾ, ਫਿਰ ਤੂੰ ਉਹਦੇ ਮਗਰ ਲੱਗ ਗਈ। ਮੈਨੂੰ ਕੀ ਪਤਾ ਸੀ, ਮੈਂ ਤਾਂ ਉਸੇ ਦੇ ਮਗਰ ਹੀ ਲੱਗ ਗਈ। ਆਪਦਾ ਘਰ ਨਾ ਉਜਾੜ, ਸਮਝ ਲੱਗੀ? ਠੀਕ ਹੈ, ਹਾਂ ਹੁਣ ਨਾ ਲੜਨ ਲੱਗਦੀ। ਨਹੀਂ ਨਹੀਂ ਸ਼ਕੰਦਰ, ਹੁਣ ਨਹੀਂ ਲੜਦੀ, ਇਹ ਬਾਅਦ ਮੈਂ ਇਹ ਜੀ ਨੂੰ ਤੈਨੂੰ ਕਦੇ ਨਹੀਂ ਮਿਲਣੀ ਹੈਗੀ, ਠੀਕ ਹੈ ਨਾ? ਚੱਲ ਠੀਕ ਹੈ ਭਰਜਾਈ, ਮੈਂ ਚੱਲਦਾ। ਹਾਂ ਠੀਕ ਹੈ ਸ਼ਕੰਦਰ। ਉਹ ਤਾਂ ਚੰਗਾ ਕਰਵਾ ਤਾ ਤੈਨੇ ਘਰੇ ਬੁਲਾ ਕੇ ਮੇਰਾ, ਨਾਲੇ ਮੇਰੇ ਸਹੁਰਾ ਸਾਹਮਣੇ ਬੇਇੱਜ਼ਤੀ ਕਰਵਾ ਤੀ, ਉਹਨਾਂ ਜੋਗਾ ਵੀ ਛੱਡਿਆ ਮੈਨੂੰ ਖੜਨ ਜੋਗਾ। ਚੱਲ ਠੀਕ ਹੈ, ਚੰਗਾ। ਜਿਵੇਂ ਕਰਨਾ ਕਰੋ, ਹੁਣ ਆਪਾਂ ਤੋਰੇ ਰਹਿੰਦੇ ਨਹੀਂ ਹੁਣ। ਮੈਂ ਨਹੀਂ ਰੋਕਦਾ, ਠੀਕ ਹੈ, ਜਿੱਥੇ ਮਰਜ਼ੀ ਜਾਓ। ਤੂੰ ਮੇਰੀ ਬਹੁਤ ਬੇਇੱਜ਼ਤੀ ਕਰਾਤੀ ਉੱਥੇ, ਤੇਰੇ ਵਰਗਾ ਬੇਜਵਾਨਾ ਬੰਦਾ ਨਹੀਂ ਦੇਖਣਾ ਕਦੇ ਮੈਂ। ਮੈਂ ਕੀ ਬੇਇੱਜ਼ਤੀ ਕਰਾਈ? ਜਲੂਸ ਤਾਂ ਤੁਸੀਂ ਕੱਢਿਆ ਉੱਥੇ। ਨਾ ਮੈਂ ਕੀ ਜਲੂਸ ਕੱਢਿਆ ਜੀ, ਮੈਨੂੰ ਧੋਖਾ ਕੱਢੋਗੇ ਕਰੋਗੇ, ਮੈਂ ਜਲੂਸ ਹੀ ਕੱਢੂੰਗੀ। ਕੀ ਧੋਖਾ ਕਰਿਆ? ਹਾਂ ਇਹ ਧੋਖਾ ਨਹੀਂ ਹੈਗਾ, ਹੈ ਨਾ, ਜਾਣ ਕੇ ਮੈਨੂੰ ਝੂਠ ਬੋਲਤਾ ਵੀ ਜ਼ਮੀਨ ਨਾਮ ਕਰਵਾ ਲਈ, ਤੇ ਜ਼ਮੀਨ ਹਾਲੇ ਨਾਮ ਲੱਗੀ ਵੀ ਨਹੀਂ ਹੈਗੀ। ਇਹ ਸਭ ਨਾ ਮੈਂ ਮੇਰੀ ਭੈਣ ਦਾ ਘਰ ਵਸਾਉਣ ਵਾਸਤੇ ਕਰਿਆ ਸੀ, ਨਾਲੇ ਉਦੋਂ ਮੈਂ ਮਜਬੂਰ ਸੀਗਾ। ਇਹਦਾ ਮਤਲਬ ਫਿਰ ਤਾਂ ਤੈਨੂੰ ਤੇਰੇ ਘਰ ਦਾ ਭੈਣ ਦਾ ਘਰ ਵਸਾਉਣਾ ਹੋ ਗਿਆ ਜ਼ਰੂਰੀ, ਘਰ ਵਾਲੀ ਤਾਂ ਕੁਛ ਲੱਗੀ ਨਹੀਂ। ਜਿਹੜਾ ਬੰਦਾ ਉਹਦੇ ਘਰ ਵਾਲੀ ਤੇ ਪਰਦੇ ਗੱਜਣ ਲੱਗ ਜੇ, ਉਹ ਕਾਹਦਾ ਬੰਦਾ ਹੋਇਆ ਫਿਰ? ਉਹ ਨਾਲੇ ਉਹਨਾਂ ਦਾ ਲੈ ਕੇ ਨਾ ਆਪਾਂ ਕਿੰਨਾ ਕੁ ਟਾਈਮ ਗੁਜ਼ਾਰਾ ਹੋਜੂਗਾ? ਕਿ ਗੁਜ਼ਾਰਾ ਹੋਜੂਗਾ ਉਹਦਾ, ਕਿੰਨਾ ਕੁ ਟਾਈਮ ਹੋ ਗਿਆ ਜਦੋਂ ਆਪਣਾ ਲੈ ਕੇ ਭੱਜੀ ਡੇਢ ਕਿੱਲਾ, ਜਾਂ ਫਿਰ ਜਦੋਂ ਤਾਰੀ ਆ ਗਏ ਉਹਦੇ ਸੱਸ ਨਾਲ ਨਾਲ ਟੱਕਰ ਜਾ ਕੇ ਪ੍ਰੀਤ ਦੀ ਨਾਲ ਪ੍ਰਾਣੀ ਨਾਲ, ਵੀ ਹੁਣ ਦੇ ਸਾਡਾ ਡੇਢ ਕਿੱਲਾ। ਕੋਈ ਨਾ, ਉਧਰ ਵੀ ਕੇਸ ਲਾ ਰਿਹਾ, ਲਾਊਂਗਾ ਉਹਨਾਂ ਤੋਂ। ਲਾਊਂਗਾ, ਦੇ ਹੀ ਖੜੇ ਤੁਹਾਡੇ ਟਿੰਡੀਆਂ ਜਿਹੀ ਜੇ, ਇੱਧਰੋਂ ਲੈ ਇੱਧਰੋਂ ਉਹੀ ਜੇ ਮਿਲ ਜਾਣਗੀਆਂ। ਮੈਂ ਤਾਂ ਮੰਗੀਆਂ ਨਹੀਂ ਤੇ ਅਗਲੇ ਤੋਂ। ਬਾਈ ਮੈਂ ਤਾਂ ਇਹੋ ਜਿਹੇ ਬੰਦੇ ਨਾਲ ਰਹਿ ਨਹੀਂ ਸਕਦੀ, ਪਰਿਵਾਰ ਚ ਆਪਾਂ ਦੋ ਮੈਂਬਰ ਆ, ਤੂੰ ਮੈਥੋਂ ਹੀ ਲੁਕੋਈ ਜਾਂਦਾ। ਜਾਣਾ ਜਾਓ ਜਿੱਥੇ ਮਰਜ਼ੀ, ਠੀਕ ਹੈ, ਮੈਂ ਨਹੀਂ ਰੋਕਦਾ ਹੁਣ। ਸ਼ਰਮ ਤਾਂ ਨਹੀਂ ਆਉਂਦੀ? ਜਾਣਾ ਜਾਓ, ਕਿਉਂ ਮੈਂ ਹੁਣ ਕਿੱਥੇ ਜਾਊਂਗੀ? ਮੈਂ ਕਿਹੜਾ ਵਗ ਜਾਓ? ਮੈਂ ਕਿਹੜਾ ਕਿਹਾ ਵਗ ਜਾਓ, ਮੇਰਾ ਵੀ ਜ਼ਮੀਨ ਚੱਦ ਹੈ ਬਈ, ਇੱਥੇ ਜਿਹੜੀ ਹੈਗੀ ਆਪਾਂ ਤਾਂ ਆਪ ਨਹੀਂ ਜਾਂਦੇ ਕਿਤੇ। ਹਾਂ ਇੱਕ ਗੱਲ ਮੇਰੀ ਗੱਲ ਖੋਲ ਕੇ ਸੁਣ ਲਓ, ਪਰ ਪ੍ਰੀਤ ਇਸ ਘਰ ਚ ਹੁਣ ਐਂਟਰ ਨਾ ਹੋ ਜੇ, ਮੈਂ ਪ੍ਰੀਤ ਨੂੰ ਨਹੀਂ ਬਣਨ ਦੀ ਚਾਹੁੰਦੇ ਜੀ। ਉਹ ਕੀ ਕਰਨ ਆਉਗੀ, ਉਹਨੂੰ ਚੰਗਾ ਘਰ ਬਾਰ ਮਿਲ ਗਿਆ, ਪਰ ਤੇਰੇ ਲਵੇ ਕੀ ਕਰਨ ਨੂੰ ਡੈਣ ਲਵੇ? ਆਹ ਹੁਣ ਛਿੱਤਰ ਮਾਰ ਕੇ ਕੱਢ ਦੇਣਗੇ ਉਹਨੂੰ, ਡੈਣ ਲਵੇ। ਡੈਣ ਤਾਂ ਉਹ ਹੈ ਜਿਹੜੇ ਪਹਿਲਾਂ ਨਹੀਂ ਬਸੀ, ਹੁਣ ਬੜਾ ਬਸੂਗੀ ਉਹ। ਆਹੋ